ਗੜਸ਼ੰਕਰ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅਜਿਹੀ ਇੱਕ ਹੋਰ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ ਗੜਸ਼ੰਕਰ ਨੰਗਲ ਰੋਡ ਨਜ਼ਦੀਕ ਗੱਭਰੂ ਨਾਂ ਦੀ ਮੋਬਾਈਲ ਦੀ ਦੁਕਾਨ 'ਤੇ, ਜਿੱਥੇ ਕਿ ਚੋਰਾਂ ਨੇ ਚੋਰੀ ਦੀ ਸਫਲ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਦਲਵਿੰਦਰਪਾਲ ਸਿੰਘ ਗੱਭਰੂ ਪੁੱਤਰ ਸਤਨਾਮ ਸਿੰਘ ਵਾਸੀ ਗੜਸ਼ੰਕਰ ਨੇ ਦੱਸਿਆ ਕਿ ਉਸ ਨੂੰ ਸਵੇਰੇ ਫੋਨ ਆਇਆ ਕਿ ਚੋਰਾਂ ਨੇ ਦੁਕਾਨ ਦੇ ਪਿਛਲੇ ਪਾਸਿਓਂ ਦੁਕਾਨ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਹਨਾਂ ਦੱਸਿਆ ਕਿ ਜਦੋਂ ਉਹਨਾਂ ਨੇ ਦੁਕਾਨ 'ਤੇ ਆ ਕੇ ਦੇਖਿਆ ਤਾਂ ਦੁਕਾਨ ਦਾ ਸਮਾਨ ਖਿਲਰਿਆ ਪਿਆ ਸੀ ਅਤੇ ਚੋਰ ਦੁਕਾਨ ਵਿੱਚੋਂ ਸੈਲਫਾਂ 'ਤੇ ਪਿਆ ਮੋਬਾਈਲ ਦੇ ਸਮਾਨ ਤੋਂ ਇਲਾਵਾ ਗੱਲੇ ਵਿੱਚ ਪਈ 3 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਚੁੱਕੇ ਸਨ। ਉਹਨਾਂ ਦੱਸਿਆ ਕਿ ਇਸ ਬਾਬਤ ਉਹਨਾਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ ਅਤੇ ਮੰਗ ਕੀਤੀ ਕਿ ਚੋਰਾਂ ਦੀ ਜਲਦ ਤੋਂ ਜਲਦ ਭਾਲ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ। ਇਹ ਮੈਨੂੰ 6:45 ਫੋਨ ਆਇਆ ਵੀ ਇੱਦਾਂ ਦਾ ਕਰਕੇ ਵੀ ਚੋਰੀ ਹੋ ਗਈ ਹੋਈ ਆ, ਤੁਹਾਡੇ ਮੂਹੇ ਬੰਦੇ ਚੋਰੀ ਕਰਕੇ ਨੱਠਦੇ ਪਏ ਆ। ਮੈਂ ਉਸੇ ਵੇਲੇ ਜਦੋਂ ਆ ਕੇ ਦੇਖਿਆ ਤਾਂ ਮੇਰੀ ਸੈਲਫਾਂ ਤੋਂ ਸਮਾਨ ਗਾਇਬ ਸੀ, ਮਤਲਬ ਸਮਾਨ ਤਾਂ ਮੇਰਾ ਜ਼ਿਆਦਾ ਹੀ ਗਾਇਬ ਹੋਇਆ, ਬੋਰੇ ਭਰੇ ਹੋਏ ਸਮਝ ਲਓ ਗਾਇਬ ਹੋਏ ਆ, ਮਿਲਿਆ ਹਜੇ ਮੈਨੂੰ ਹਜੇ ਕੁਛ ਨਹੀਂ ਹੈਗਾ। ਜਿਹੜਾ ਬਾਕੀ ਥੋੜ੍ਹਾ ਬਹੁਤਾ ਸਮਾਨ ਆ ਉਹ ਹੁਣ ਦੇਖਦੇ ਹਾਂ ਕਿੰਨਾ ਕੁ ਇਕੱਠਾ ਹੋਇਆ ਹੈਗਾ। ਜਿਹੜਾ ਕੈਸ਼ ਕਿੰਨਾ ਕੁ ਲੱਗਾ ਤੁਹਾਡੇ ਕੋਲ? ਕੈਸ਼ ਦੇਖੋ ਗੱਲੇ ਦੇ ਵਿੱਚ, ਕੱਲ ਅਸੀਂ ਸਾਡੀ ਮਾਤਾ ਜੀ ਪੂਰੇ ਹੋਏ ਸੀਗੇ, ਪਰਸੋਂ ਦੇ ਕੱਲ ਫੁੱਲ ਪਾ ਕੇ ਆਏ ਸੀਗੇ ਤੇ ਗੱਲੇ 'ਚ ਕੈਸ਼ ਅਸੀਂ ਕੱਲ ਰੱਖ ਕੇ ਗਏ ਆ, ਨੀਅਰ ਅਬਾਊਟ ਕੋਈ 2.5-3 ਲੱਖ ਰੁਪਏ ਵਿੱਚ ਹੈਗਾ ਸੀ ਗੱਲੇ ਦੇ ਵਿੱਚ ਪੈਸਾ ਪਿਆ, ਤੇ ਉੱਪਰ ਵਾਲੇ ਦੂਜੇ ਵਾਲੇ ਆਪਣੇ ਗੱਲਿਆਂ 'ਚ ਪੈਸਾ, ਕੈਸ਼ ਗੱਲਿਆਂ 'ਚ ਵੀ ਕੈਸ਼ ਗਾਇਬ ਆ ਜੀ, ਉਹ ਵੀ ਲੈ ਗਏ ਹੋਏ ਜੀ। ਪੁਲਿਸ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ? ਦੇਖੋ 4 ਵਜੇ ਚੋਰੀ ਹੋ ਰਹੀ ਆ, ਪੌੜੀ ਲੱਗ ਰਹੀ ਆ ਨਾਲ ਦੇ ਪਾਸੇ, ਸੰਨ ਲੱਗਦਾ ਪਿਆ, ਕੋਠੇ ਟੱਪ ਕੇ ਬੰਦੇ ਆਉਂਦੇ ਪਏ ਆ, ਚੌਂਕੀਦਾਰ ਸਾਹਮਣੇ ਬੈਠਦਾ ਜੀ, ਕਿਉਂਕਿ ਚੌਂਕੀਦਾਰ ਨੂੰ ਵੀ ਨਹੀਂ ਆਵਾਜ਼ ਆਈ, ਚੌਂਕੀਦਾਰ ਸਾਹਮਣੇ ਬੈਠਦਾ। ਔਰ ਮੈਂ ਤਕਰੀਬਨ ਰਾਤ ਨੂੰ ਵੀ 11-12 ਵਜੇ ਗੇੜਾ ਵੀ ਕੱਢ ਕੇ ਜਾਂਦਾ ਹੁੰਦਾ ਵੀ ਚੱਲ ਕੋਈ ਗੱਲ ਨਹੀਂ ਹੈ ਨਾ, ਪਰ ਜੇ ਆਪਾਂ ਦੇਖਿਆ ਜਾਵੇ ਜਿਹੜੀ ਪੌੜੀ ਆ ਜਿੱਥੇ ਚੌਂਕੀਦਾਰ ਬੈਠਦਾ ਉੱਥੋਂ ਸਾਹਮਣੇ ਪੌੜੀ ਦੇਖਦੀ ਆ ਜੀ, ਉਹ ਪਰਲੇ ਪਾਸੋਂ ਜਿਹੜੀ ਚੋਰੀ ਹੋਈ ਤਾਂ ਉੱਧਰੋਂ ਹੋਈ ਆ ਇਹ। ਉਧਰ ਗੜਸ਼ੰਕਰ ਪੁਲਿਸ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਚੋਰਾਂ ਦੀ ਭਾਲ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ। ਅੱਜ ਸਾਨੂੰ ਇੱਥੇ ਪਤਾ ਲੱਗਿਆ ਸੀਗਾ ਕਿ ਇਹਨਾਂ ਦੀ ਮੋਬਾਈਲ ਦੀ ਦੁਕਾਨ 'ਤੇ ਜਿਹੜੀ ਹੈਗੀ ਆ ਕੋਈ ਚੋਰੀ ਹੋ ਗਈ, ਜਿਹਦੇ ਸੰਬੰਧੇ ਅਸੀਂ ਮੌਕੇ 'ਤੇ ਪਹੁੰਚੇ ਹਾਂ, ਮੌਕੇ 'ਤੇ ਪਹੁੰਚੇ ਸਾਰੀ ਤਹਿਕੀਕਾਤ ਕੀਤੀ ਹੈ, ਉਹਦੇ ਵਿੱਚ ਜੋ ਵੀ ਹੈਗਾ 5 ਮਿੰਟ ਬੁਲਾ ਕੇ ਕਾਰਵਾਈ ਕੀਤੀ ਜਾ ਰਹੀ ਹੈ, 5 ਮਿੰਟ ਉਠਾ ਕੇ ਉਹਦੀ ਜੋ ਬਣਦੀ ਚੁਣਦੀ ਕਾਰਵਾਈ ਉਹ ਵੀ ਕਹਿਣ ਦੇ ਦੱਸ ਦਿੱਤੀ।